ਫਿਰ ਉਹਨਾਂ ਨੂੰ ਅਸੀਂ ਤਾਂ ਫੁਟਿੰਗ ਜਿਹੜੀ ਆ ਉਹ ਲਾਗ ਲਾ ਕੇ ਸੀਸੀ ਕੈਮਰਿਆਂ ਦੀ ਖੰਘਾਲੀ ਆ ਉਹਨਾਂ ਦੇ ਆਉਂਦਿਆਂ ਨੂੰ। ਉਹਦੇ ਵਿੱਚ ਇੱਕ ਆਦਮੀ ਐਕਟਿਵਾ 'ਤੇ ਆ, ਹਾਂਜੀ, ਉਹਦੇ ਕੋਲ ਪਿਸਤੌਲ ਵੀ ਹੈਗਾ ਵਾ ਅਤੇ ਵੈਪਨ ਵੇਖ ਕੇ ਫਿਰ ਉਹ ਪਿੰਡ ਵੀ ਫਿਰ ਨਹੀਂ ਖਾਂਦੀ ਅੱਗੇ ਲੰਘਿਆ ਵਾ। ਉਹਦੇ ਬਾਰੇ ਸਰ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ 7 ਤਰੀਕ 9 ਵਜੇ ਦੇ ਕਰੀਬ ਮੇਰੇ ਗੇਟ ਦੇ ਸਾਹਮਣੇ 8 ਗੋਲੀਆਂ ਚੱਲ ਚੁੱਕੀਆਂ ਨੇ ਔਰ ਮਤਲਬ ਉਦੋਂ ਮੈਂ ਪੁਲਿਸ ਨੂੰ ਦਰਖਾਸਤ ਦਿੱਤੀ ਆ, ਉਸੇ ਟਾਈਮ 'ਤੇ ਪੁਲਿਸ ਆ ਗਈ ਆ, ਉਹਨਾਂ ਨੇ ਆਪਣੀ ਜਿਹੜੀ ਆ ਕਾਰਵਾਈ ਮਾਰ ਕੇ ਮੌਕਾ ਵੇਖਿਆ ਪਤੀਸ ਕੀਤੀ ਆ। ਉਸ ਤੋਂ ਬਾਅਦ ਦੇ ਵਿੱਚ ਅਗਲੇ ਦਿਨ ਸ਼ਾਮ ਦੇ 5 ਵਜੇ ਦੇ ਕਰੀਬ SHO ਸਾਹਿਬ ਆਏ ਆ, ਫਿਰ ਉਹਨਾਂ ਨੂੰ ਅਸੀਂ ਤਾਂ ਫੁਟਿੰਗ ਜਿਹੜੀ ਆ ਉਹ ਲਾਗ ਲਾ ਕੇ ਸੀਸੀ ਕੈਮਰਿਆਂ ਦੀ ਖੰਘਾਲੀ ਆ ਉਹਨਾਂ ਦੇ ਆਉਂਦਿਆਂ ਨੂੰ। ਉਹਦੇ ਵਿੱਚ ਇੱਕ ਆਦਮੀ ਐਕਟਿਵਾ 'ਤੇ ਆ, ਹਾਂਜੀ, ਉਹਦੇ ਕੋਲ ਪਿਸਤੌਲ ਵੀ ਹੈਗਾ ਵਾ ਅਤੇ ਵੈਪਨ ਵੇਖ ਕੇ ਫਿਰ ਉਹ ਪਿੰਡ ਵੀ ਫਿਰ ਨਹੀਂ ਖਾਂਦੀ ਅੱਗੇ ਲੰਘਿਆ ਵਾ। ਅਤੇ ਜਿਹੜੇ ਅੱਜ ਦੱਸਿਆ ਕਿ DSP ਇਨਵੈਸਟੀਗੇਸ਼ਨ ਅੰਮ੍ਰਿਤਸਰ ਤੋਂ ਆਏ ਆ, ਉਹਨਾਂ ਕੀ ਤੁਹਾਨੂੰ ਵਿਸ਼ਵਾਸ ਦਵਾਇਆ ਕਿ? ਹਾਂਜੀ, ਅੱਜ ਸਰ ਉਹਨਾਂ ਦੇ ਵੀ ਆਉਣ ਦਾ ਬਹੁਤ ਧੰਨਵਾਦ ਆ, ਉਹਨਾਂ ਨੇ ਸਾਨੂੰ ਆਣ ਕੇ ਸਾਰੀ ਮਤਲਬ ਹੌਸਲਾ ਵਧਾਈ ਦਿੱਤੀ ਆ, ਨਾਲ ਉਹਨਾਂ ਨੇ ਬੜਾ ਹੀ ਮਤਲਬ ਆਪਣੇ ਠੰਡੇ ਜਿਗਰ ਦੇ ਨਾਲ ਸਾਨੂੰ ਸਮਝਾਇਆ ਵਾ ਕਿ ਕਿਹੜਾ ਕਿਹੜਾ ਕਿਸ ਹਿਸਾਬ ਨਾਲ ਤੁਹਾਡਾ ਕਿੱਥੇ ਆ ਬੱਚਾ ਸਾਡਾ ਵਾ ਬਾਹਰ ਜਗਰਾਜ ਸਿੰਘ ਬਤੌਰ ਢਾਡੀ ਪ੍ਰਚਾਰਕ ਵਾ ਅਤੇ ਉਹਨੂੰ 4 ਸਾਲ ਹੋ ਗਏ ਆ ਗਏ ਨੂੰ ਅਤੇ ਹੁਣ ਉਹਨੂੰ ਆਪਣੇ ਪਿਛਲੇ ਮਹੀਨੇ ਦੇ 22-23 ਤਰੀਕ ਨੂੰ ਧਮਕੀਆਂ ਮਿਲੀਆਂ ਵਾ ਅਤੇ ਉਹ ਕਰਕੇ ਫਿਰ ਸਾਨੂੰ ਹੁਣ ਉਹਨਾਂ ਨੇ ਆ ਵਿਸ਼ਵਾਸ ਦਵਾਇਆ ਵਾ ਕਿ ਇਹ ਅਸੀਂ ਮੁਲਜ਼ਮ ਜਿਹੜਾ ਜਲਦੀ ਤੋਂ ਜਲਦੀ ਫੜੇ ਜਾਣ। ਜਿਵੇਂ ਕਿ ਤੁਸੀਂ ਦੱਸਦੇ ਜੁਗਰਾਜ ਸਿੰਘ ਬਤੌਰ ਢਾਡੀ ਜਿਹੜੇ ਆ ਉਹ ਤੁਹਾਡੇ ਬੇਟੇ ਆ ਔਰ ਉਹਨਾਂ ਨੇ ਉਹਨਾਂ ਨੂੰ ਪਹਿਲਾਂ ਵੀ ਕੋਈ ਧਮਕੀਆਂ ਮਿਲੀਆਂ ਜਾਂ ਇਹ ਪਹਿਲੀ ਹੀ ਧਮਕੀ ਸੀ? ਨਹੀਂ ਜੀ, ਇਹ ਪਹਿਲੀ ਧਮਕੀ ਆ ਜੀ। ਅੱਛਾ ਜੀ, ਅਤੇ ਪ੍ਰਸ਼ਾਸਨ ਔਰ ਪੰਜਾਬ ਸਰਕਾਰ ਔਰ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਜੀ? ਮੈਂ ਤਾਂ ਸਰ ਇਹੋ ਮੰਗ ਕਰਨ ਡਿਆ ਵਾਂ ਕਿ ਜੇ ਸਾਡਾ ਜਿਹੜਾ ਵਾ ਇਹਦੇ ਲਈ ਪੂਰੀ ਸੁਰੱਖਿਆ ਆਪਣਾ ਰੱਖਿਆ ਜਾਵੇ ਔਰ ਜਿਹੜੇ ਬੰਦੇ ਇਹਨਾਂ ਨੇ ਇਹ ਕੰਮ ਕੀਤਾ ਵਾ ਉਹਨਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਔਰ ਉਹਨਾਂ ਦੇ ਇਸ ਵਿਸ਼ੇ 'ਤੇ ਡੂੰਘਾਈ ਤੱਕ ਉਹਦੀ ਜਿਹੜੀ ਆ ਪਹੁੰਚਾਣ ਹੋਣੀ ਚਾਹੀਦੀ ਆ ਵੀ ਇਹ ਕਿੱਥੋਂ ਆ, ਕਿਉਂਕਿ ਇਹ 1-2 ਆਦਮੀ ਦਾ ਕੰਮ ਨਹੀਂ, ਇਹ ਕੋਈ ਨਾ ਕੋਈ ਸਿਆਸਤ ਬਹੁਤ ਵੱਡੇ ਪੱਧਰ 'ਤੇ ਹੋ ਰਹੀ ਆ ਮੇਰੇ ਨਾਲ।